ਧੰਨ ਗੁਰੂਦੇਵ। ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਜੋ ਜਨਮ ਦਿਨ ਹੈ ਉਹ ਬੜੀ ਧੂਮਧਾਮ ਨਾਲ ਮਨਾਇਆ ਜਾਏਗਾ ਔਰ ਅੱਜ ਤਿਆਰੀ ਹੋ ਰਹੀ ਹੈ ਜੀ ਕੱਲ੍ਹ ਦੀ ਸ਼ੋਭਾ ਯਾਤਰਾ ਲਈ ਉਪਲਕਸ਼ ਵਿੱਚ ਔਰ ਪਰਸੋਂ 24 ਤਰੀਕ ਨੂੰ ਬਾਬਾ ਜੀ ਦਾ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ ਜਾਏਗਾ ਔਰ ਮੈਂ ਬੋਲ ਰਿਹਾ ਜੀ ਗਾਂਧੀ ਕੈਂਪ ਨੀਅਰ BSF ਲੋਨੀ ਮੰਦਰ ਦੇ ਕੋਲੋਂ ਔਰ ਸਵੇਰੇ ਜੋ ਸ਼ੋਭਾ ਯਾਤਰਾ ਜਾਣੀ ਹੈ ਉਸ ਦੀ ਤਿਆਰੀ ਚੱਲ ਰਹੀ ਹੈ ਅਤੇ ਤੁਸੀਂ ਦੇਖ ਸਕਦੇ ਹੋ ਜੀ ਚਾਕੀ ਜੋ ਹਜੇ ਤਿਆਰ ਕਰਨੀ ਹੈ ਪੂਰੀ ਰਾਤ ਲੱਗ ਗਏ ਸਾਰੇ ਸੇਵਾਦਾਰਾਂ ਨੇ ਤਾਂ ਚਲੋ ਮਿਲਦੇ ਹਾਂ ਤੁਹਾਨੂੰ ਸਵੇਰੇ ਸ਼ੋਭਾ ਯਾਤਰਾ ਦੇ ਜਦੋਂ ਸਟਾਰਟ ਹੋਏਗੀ ਧੰਨ ਗੁਰੂਦੇਵ।
दो शब्द बोलो।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰਾ ਕੋਲੋਂ ਗੁਰਿਆ ਸਮੁੱਚੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ। ਸੋ ਗੁਰੂ ਮਹਾਰਾਜ ਜੀ ਦੀ ਬਾਣੀ ਪੜ੍ਹੀਏ ਅਤੇ ਉਹਨਾਂ ਦੀ ਬਾਣੀ ਦੇ ਸੇਧ ਲੈ ਕੇ ਆਪਾਂ ਆਪਣਾ ਜੀਵਨ ਮਸਲ ਕਰੀਏ। ਸੋ ਉਹਨਾਂ ਦੇ ਪਾਏ ਪੂਰੀਆਂ ਨੇ ਆਪਣੀ ਜ਼ਿੰਦਗੀ ਲੱਗ ਕੇ ਸਾਡਾ ਜੀਵਨ ਇਸ ਸੰਸਾਰ 'ਤੇ ਆਇਆ। ਸੋ ਸਾਰੀ ਸੰਗਤ ਨੂੰ ਦੁਬਾਰਾ ਫਿਰ ਲੱਖ ਲੱਖ ਮੁਬਾਰਕਾਂ। ਕਿਰਪਾ ਕਰੋ घर भी तो बच्चों का जन्मदिन होंगे नची रहा गुरु का चेला दिखावा लोग ज्यादा कर दे। कोई कोई गुरु का
श्री गुरु रविदास महाराज के जन्मदिन के उपलक्ष्य में अज शोभा यात्रा सी ते कल हैगा बाबा जी का जन्मदिन और जो कि बड़ा धूमधाम नाल मनाया जाएगा और यह तैयारी हो रही है जी बाबा जी के लंगर की। प्याज गोभी और गाजरां आलू ये बनेगी जी मिक्स सब्जी गोभी गाजर ते आलू और पूरी रात सेवा चलेगी।